मात्रा में लगातार बढ़ रहे चिट्टे के कारोबार के बाद आज हिमाचल तथा पंजाब पुलिस ने संयुक्त ऑपरेशन चलाकर रेड की। हालांकि पुलिस को दो घंटे की रेड में कोई सफलता हासिल नहीं हुई, परंतु साथ ही उन्होंने चिट्टे का कारोबार करने वाले मोस्ट वांटेड आरोपियों के परिवारजनों को चेताया कि यदि उनकी ओर से ये धंधा तत्काल प्रभाव से बंद ना किया गया तो इसका परिणाम बुरा होगा। पुलिस की ओर से रेड किए जाने की सूचना लोगों को पहले ही लग जाने के कारण चिट्टे का कारोबार करने वाले कई आरोपी पहले ही अपने घरों के बाहर ताले लगाकर फरार हो चुके थे। करीब 5 बजे दोनों राज्य की पुलिस ने पहले भद्रोहा, उसके बाद मादरा गांव में रेड कर कई घरों की तलाशी ली। ਅੱਜ ਸਾਡੇ ਆਪਣਾ SSP ਪਠਾਨਕੋਟ ਅਤੇ ਸਾਡੇ SSP ਕਾਂਗੜਾ ਦੇ ਦਿਸ਼ਾ ਨਿਰਦੇਸ਼ ਦੇ ਅਕੋਰਡਿੰਗਲੀ ਅਸੀਂ ਪੰਜਾਬ ਪੁਲਿਸ ਤੋਂ ਹਿਮਾਚਲ ਪੁਲਿਸ ਨੇ ਮਿਲ ਕੇ ਜੁਆਇੰਟ ਆਪਰੇਸ਼ਨ ਕੀਤਾ ਭਦਰੋਹਾ ਏਰੀਆ ਦੇ ਵਿੱਚ। ਇੱਥੇ ਅਸੀਂ ਜਿਹੜੇ ਲੋਕਲ ਲੋਕ ਹੈ ਇਹਨਾਂ ਦੇ ਥੋੜ੍ਹਾ ਵੈਰੀਫਾਈ ਕਰ ਰਹੇ ਹਾਂ ਕਿ ਜਿਹੜਾ ਚਿੱਟੇ ਦਾ ਕੰਮ ਸੁਣਨ 'ਚ ਆਇਆ ਕਿ ਪਰਪਲ ਇਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ, ਅਤੇ ਜੇ ਕੋਈ ਇਹੋ ਜਿਹਾ ਬੰਦਾ ਮਿਲੂਗਾ ਤਾਂ ਨਿਯਮ ਅਨੁਸਾਰ ਕਾਰਵਾਈ ਅਮਲ 'ਚ ਲਾਈ ਜਾਊ। ਤੁਹਾਡਾ ਮੁੱਦਾ ਕੀ ਹੈ? ਨਹੀਂ ਮੁੱਦਾ ਕੋਈ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਜੁਆਇੰਟ ਰੇਡ ਚੱਲਦੇ ਸੀਗੇ ਸੀਨੀਅਰ ਅਫਸਰ ਦੇ ਹੁਕਮਾਂ ਦੇ ਮੁਤਾਬਕ, ਹਦਾਇਤਾਂ ਦੇ ਮੁਤਾਬਕ। ਉਸੇ ਕੜੀ ਵਿੱਚ ਆਪਾਂ ਵੀ ਇੱਥੇ ਆਏ, ਨਾਲ ਆਪਣੇ DSP ਸਾਹਿਬ ਨੂਰਪੁਰ ਨਾਲ ਨੇ, ਆਪਣੇ SHO ਸਾਹਿਬ ਵੀ ਹੈਗੇ ਨੇ, ਉਹਨਾਂ ਦੇ SHO ਸਾਹਿਬ ਵੀ ਨਾਲ, ਫੋਰਸ ਨਾਲ, ਤਾਂ ਜੋ ਕੋਈ ਵੀ ਐਸਾ ਵਿਅਕਤੀ ਜਿਹੜਾ ਕਿ ਨੌਜਵਾਨਾਂ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲਦਾ, ਉਹ ਕੋਈ ਕਿਸੇ ਕਿਸਮ ਦਾ ਵੀ ਬੰਦਾ ਐਸਾ ਜੈਸਾ ਰਹਿ ਨਾ ਜਾਵੇ, ਤਾਂ ਜੋ ਉਹਦੇ ਉੱਪਰ ਨਕੇਲ ਕੱਸੀ ਜਾ ਸਕੇ, ਕੜੀ ਤੋਂ ਕੜੀ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾ ਸਕੇ ਕਾਨੂੰਨੀ ਉੱਤੇ। ਪਿਛਲੇ 1.5 ਮਹੀਨੇ ਤੋਂ ਦੇਖਿਆ ਗਿਆ ਫਿਰ ਦੁਬਾਰਾ ਜਿਹੜਾ ਸਕਰੀ ਹੈ, ਦੁਬਾਰਾ ਇਹ ਮਤਲਬ ਮਾਫੀਆ ਮਤਲਬ ਹੈਵੀ ਹੋ ਰਿਹਾ, ਫਿਰ ਦੁਬਾਰਾ ਸੇਲ ਹੋ ਰਹੀ ਹੈ, ਕਿੱਥੇ ਪਹਿਲਾਂ ਬੰਦ ਹੋ ਗਿਆ ਜੀ, ਹੁਣ ਫਿਰ ਦੁਬਾਰਾ ਆਉਣ ਲੱਗ ਪਈ ਹੈ, ਕਾਫੀ ਖੁੱਲ੍ਹੇ ਤੌਰ 'ਤੇ ਕੰਮ ਹੋ ਰਿਹਾ, ਇਹਦੇ ਬਾਰੇ ਕੀ ਆਖੋ? ਨਹੀਂ ਨਹੀਂ ਦੇਖੋ, ਇੱਕ ਗੱਲ ਤਾਂ ਹੈਗੀ ਹੈ ਨਾ ਵੀ ਜਿਸ ਜਦੋਂ ਦੇ ਆਪਾਂ ਇੱਥੇ ਲੱਗੇ ਹੈਗੇ ਹਾਂ, ਜੁਆਇੰਟ ਆਪਣੇ ਰੇਡ ਕੀਤੇ ਜਾ ਰਹੇ, ਜੁਆਇੰਟ ਆਪਰੇਸ਼ਨ ਚੱਲ ਰਿਹਾ, ਇਹਦੇ ਉੱਪਰ ਕਾਫੀ ਹੱਦ ਤੱਕ ਜਿਹੜੀ ਨਕੇਲ ਕੱਸੀ ਜਾ ਚੁੱਕੀ ਹੈ। ਬਾਕੀ ਜਿਹੜਾ ਕੋਈ ਛਿੱਟ ਫੁੱਟ ਹੈਗਾ ਉਹ ਵੀ ਬਖਸ਼ਿਆ ਨਹੀਂ ਜਾਊਗਾ, ਜੇ ਕੋਈ ਕਾਬੂ ਆਉਂਦਾ ਉੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਉਹਨੂੰ ਕਾਨੂੰਨ ਦੇ ਸਿਕੰਜੇ ਵਿੱਚ ਲਿਆ ਕੇ ਬਕਾਇਦਾ ਤੌਰ 'ਤੇ ਉਹਨੂੰ ਪ੍ਰੋਪਰ ਨੱਪਿਆ ਜਾਊਗਾ, ਠੱਲ ਪਾਈ ਜਾਏਗੀ। ਸਰ ਕੋਈ ਗੁਪਤ ਫੰਡ? ਚਲੋ ਇਹ ਤਾਂ ਸਾਡੇ ਆਪਣੇ ਮਹਿਕਮੇ ਨਾਲ ਰਿਲੇਟਡ ਹੈਗਾ, ਜਿਹੜਾ ਕਿ ਆਪਾਂ ਨਹੀਂ ਕਰ ਸਕਦੇ ਤੁਹਾਨੂੰ ਡਿਸਕਲੋਜ, ਬਾਕੀ ਇਸ ਬਾਰੇ ਤੁਹਾਨੂੰ ਵਧੀਆ ਤਰੀਕੇ ਨਾਲ DSP ਸਾਹਿਬ ਦੱਸ ਦਿੰਦੇ ਆ। ਧੰਨਵਾਦ ਸਰ। ਧੰਨਵਾਦ ਸਰ। हिमाचल एक्सप्रेस के लिए इंदौरा से अशोक ठाकुर की रिपोर्ट।